ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀ ਤਾਨ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਤਾਨ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਤਾਨ ਸ੍ਰੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਸਾਖੀ ਹੈ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਦਾ ਜਨਮ ਤੇ ਬਾਲ ਚੋਜ ਲੇਖਕ ਨੇ ਜਥੇਦਾਰ ਸੇਵਾ ਸਿੰਘ ਜੀ ਮੰਡੀ ਸ਼੍ਰੀ ਸਾਰਗੂ ਪ੍ਰਤਾਪ ਸਿੰਘ ਜੀ ਦਾ અવਤਾਰ ਸ਼੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਗ੍ਰਹਿ ਵਿਖੇ ਪੂਜਯ ਮਾਤਾ ਜੀਉਨਕੌਰ ਜੀ ਦੇ ਉਦਰ ਤੋਂ ਚਿਤ੍ਰਵਦੀ ਤੀਜ ਸੰਮਤ 1946 ਨੂੰ ਸ਼੍ਰੀ ਪੈਣੀ ਸਾਹਿਬ ਉਸ ਵਕਤ ਹੋਇਆ ਜਦੋਂ ਕਿ ਗੁਰੂ ਕੇ ਲੰਗਰ ਤੋਂ ਲੈ ਕੇ ਰਾਮ ਸਰ ਤੱਕ ਸਾਰਾ ਏਰੀਆ ਇੱਕ ਬੰਦੀ ਖਾਨਾ ਬਣਿਆ ਹੋਇਆ ਸੀ ਸਾਹਿਬ ਜਾਦੇਰੀ ਪ੍ਰਗਟ ਹੋਣ ਦਾ ਪਤਾ ਜਦ ਰਾਮ ਸਰਸ਼ੀ ਸਤਿਗੁਰੂ ਹਰ ਸਿੰਘ ਜੀ ਨੂੰ ਲੱਗਾ ਤਾਂ ਸੱਚੇ ਬਾਸ਼ਾ ਬਚਨ ਕੀਤਾ ਭਾਈ ਇਹ ਬਾਲਕ ਵੱਡੇ ਪ੍ਰਤਾਪ ਵਾਲਾ ਆਇਆ ਹੈ ਘਰ ਦਾ ਮਾਲਕ ਆਇਆ ਹੈ ਸਤਿਗੁਰ ਜੀ ਦੇ ਬਚਨ ਅਨੁਸਾਰ ਪਹਿਲੇ ਦਿਨ ਤੋਂ ਹੀ ਇਹਨਾਂ ਨੂੰ ਪ੍ਰਤਾਪ ਸਿੰਘ ਕਰਕੇ ਉਚਾਰਿਆ ਜਾਣ ਲੱਗਾ ਸੀ ਸ਼੍ਰੀ ਸਾਰਗੂ ਪ੍ਰਤਾਪ ਸਿੰਘ ਜੀ ਲਗਭਗ 5 ਸਾਲ ਦੇ ਹੋਣਗੇ ਜਦ ਦੇ ਮੋਹਣੀ ਸੂਰਤ ਸਤਿ ਧਾਨ ਸਿੰਘ ਜੀ ਪਾਸ ਪੜਨ ਵਾਸਤੇ ਗਏ ਥਾਲ ਵਿੱਚ ਪਤਾ ਸੀ ਇੱਕ ਦਸਤਾਰ 100 ਰੁਪਿਆ ਉੱਪਰ ਰੱਖ ਮਾਤਾ ਜੀ ਨਾਲ ਸੰਤਾ ਪਾਸ ਪਹੁੰਚੇ ਸੰਤਾ ਬੜੇ ادب ਨਾਲ ਪਿਆਰ ਕਰਦਿਆਂ 35 ਦੇ ਪਹਿਲੇ 5 ਅੱਖਰ ਪੜਾਏ ਥੋੜੇ ਦਿਨਾਂ ਵਿੱਚ ਬਾਲਕ ਉਪਦੇਸ਼ ਗ੍ਰਹਿਣ ਕਰਨ ਲੱਗ ਪਏ ਬਾਲ ਉਪਦੇਸ਼ ਮੁਕਾ 5 ਗ੍ਰੰਥੀ ਪੜ੍ਹ ਲਈ ਪੰਜ ਗ੍ਰੰਥੀ ਦਾ ਪੋਗ ਪਾਇਆ ਤੇ ਸ੍ਰੀ ਆਦ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਆਰੰਭ ਕਰ ਦਿੱਤਾ ਤੀਖਣ ਬੁੱਧੀ ਤੇ ਯਾਦ ਸ਼ਕਤੀ ਬਹੁਤ ਤੇਜ ਸੀ ਜੋ ਪੜ ਲਿਆ ਸੋ ਯਾਦ ਹੋ ਗਿਆ ਜੋ ਸੁਣ ਲਿਆ ਉਹ ਭੁੱਲਣਾ ਨਹੀਂ ਸ਼੍ਰੀ ਆਦ ਗ੍ਰੰਥ ਸਾਹਿਬ ਦਾ ਪਾਠ ਸੰਪੂਰਨ ਕਰ ਲਿਆ ਕਿਤੇ اٹਕ ਨਾ ਆਈ ਥੋੜੇ ਹੀ ਸਮੇਂ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪਾਠ ਵੀ ਸੰਪੂਰਨ ਕਰ ਲਿਆ ਕਿਤੇ اٹਕ ਨਾ ਆਈ ਬਹੁਤ ਸਾਰੀ ਬਾਣੀ ਕਾਂਟ ਘਰ ਲਈ ਜਪਜੀ ਸਾਹਿਬ ਜਾਪ ਸਾਹਿਬ ਰਹਿਰਾਸ ਕੀਰਤਨ ਸੋਹਿਲਾ ਆਸਾ ਦੀ ਵਾਰ ਸੁਖਮਨੀ ਸਾਹਿਬ ਜੁਬਾਨੀ ਹੀ ਯਾਦ ਹੋ ਗਏ ਇਸੇ ਦੇ ਨਾਲ ਹੀ ਹਨੂਮਾਨਾਟਕ ਤੇ ਹੋਰ ਗ੍ਰੰਥਾਂ ਦੇ ਪਾਠ ਘਰ ਲਏ ਸੰਗੀਤ ਵਿਦਿਆ ਸੁਤੇ ਹੀ ਪ੍ਰਾਪਤ ਕਰ ਲਈ ਬਖਸ਼ੀ ਹਰਦੇਵ ਸਿੰਘ ਦੇ ਕਥਨ ਅਨੁਸਾਰ ਤਾਂ ਉਸ ਦੀ ਜਾਣਕਾਰੀ ਜੂਨ ਸਿੰਘ ਪਟਿਆਲ ਵੀ ਤੋ ਅਤੇ ਕੀਰਤਨ ਦਾ ਗਿਆਨ ਰਸਮੀ ਤੌਰ ਤੇ ਭਾਈ ਕਾਲੂ ਜੀ ਤੋਂ ਪ੍ਰਾਪਤ ਕੀਤਾ। ਸ੍ਰੀ ਸਾਧਗੁਰੂ ਜੀ ਸਵੇਰ ਦਾ ਵਕਤ ਪੜ੍ਹਨ ਲਿਖਣ ਅਤੇ ਸੰਗੀਤ ਸਿੱਖਣ ਵਿੱਚ ਬਿਤਾਉਂਦੇ ਸਨ। ਪਰ ਸ਼ਾਮ ਦੇ ਵਕਤ ਖੇਡਣ ਵਾਲ ਹੀ ਖਿਆਲ ਰੱਖਦੇ ਸਨ। ਸਮਸਤਾਨ ਸਿੰਘ, ਦਾਨ ਸਿੰਘ, ਸ੍ਰੀ ਭੈਣੀ ਸਹਿ ਭਗਵਾਨ ਸਿੰਘ, ਜੈ ਸਿੰਘ, ਮਾਰਗ ਸਿੰਘ, ਲਾਲ ਸਿੰਘ ਤੇ ਦੇਵਰਾਜ ਖੇਡਣ ਸਮੇਂ ਇਸ ਤਰ੍ਹਾਂ ਉਡੀਕਦੇ ਜਿਵੇਂ ਚੰਦ ਨੂੰ ਚਕੌਰ ਉਡੀਕਦੀ ਹੈ। ਇਸ ਸਾਰੀ ਸੰਗੀ ਸਾਥੀ ਸੀ 사ਤਗੁਰਜੀ ਨਾਲ ਤਬੇਲੇ ਵਾਲ ਚਲੇ ਜਾਂਦੇ ਪੁਲਿਸ ਵਾਲੇ ਤਬੇਲੇ ਦੇ ਬਾਹਰਲੇ ਦਰਵਾਜੇ ਨੂੰ ਜੰਦਰਾ ਮਾਰ ਚਾਬੀ ਆਪਣੇ ਪਾਸ ਰੱਖ ਲੈਂਦੇ ਖਿਡਾਰੀ ਵੰਡੇ ਜਾਂਦੇ ਖਿੱਦੋ ਖੁੰਡੀ ਤੇ ਕਬੱਡੀ ਦੀ ਖੇਡ ਸ਼ੁਰੂ ਹੋ ਜਾਂਦੀ ਖਿੱਦੋ ਆ ਦਾ ਪਤਾ ਨਾ ਲੱਗਦਾ ਰੋਜ਼ ਨਵਾਂ ਖਿੱਦੋ ਤਿਆਰ ਕੀਤਾ ਜਾਂਦਾ ਸ਼ਾਮ ਨੂੰ ਖੇਡਣ ਤੋਂ ਉਦੋਂ ਹਟਣਾ ਜਦੋਂ ਖਿੱਦੋ ਦੀਆਂ ਲੀਰਾ ਖਿਲਰ ਪੁਲਰ ਜਾਂਦੀਆਂ ਕੁਸ਼ਤੀ ਵੀ ਲੜਦੇ ਗੱਤਕੇ ਬਾਜੀ ਦੇ ਹੱਥ ਵੀ ਵਿਖਾਉਂਦੇ ਅਤੇ ਕਈ ਵਾਰ ਨਹਿਰ ਤੇ ਜਾ ਕੇ ਤਾਰੀਆਂ ਵੀ ਲਾਉਂਦੇ ਸਨ ਕੁਸ਼ਤੀ ਆਮ ਤੌਰ ਤੇ ਜੰਗ ਸਿੰਘ ਰਾਖ ਤੇ ਗੱਤਕੇ ਬਾਜੀ ਹਰਨਾਮ ਸਿੰਘ ਨਥਾਣੀਆਂ ਨਾਲ ਕਰਦੇ ਮਾਤਾ ਜੀ ਨੇ ਇਹਨਾਂ ਦੀ ਨਿਗਰਾਨੀ ਲਈ ਸੰਤਦਰਸ਼ਨ ਸਿੰਘ ਜੀ ਨੂੰ ਰੱਖਿਆ ਹੋਇਆ ਸੀ ਇੱਕ ਦਿਨ ਮਹੰਤ ਸੇਵਾ ਸਿੰਘ ਨੇ ਦੇਵਰਾਜ ਨੂੰ ਖੇਡਦਿਆਂ ਵੇਖਿਆ ਤਾਂ ਮਾਤਾ ਜੀ ਨੂੰ ਕਿਹਾ ਮਾਤਾ ਜੀ ਸਾਹਿਬ ਜਾਦੀ ਕੁਸੰਗੀਆਂ ਨਾਲ ਖੇਡਦੇ ਹਨ ਉਹਨਾਂ ਦੇਵਰਾਜ ਨੂੰ ਖੇਡਣ ਤੋਂ ਰੋਕ ਦਿੱਤਾ ਪਰ ਮੌਜ ਦੇ ਮਾਲਕ ਸੇ ਸਾਧਗੁਰ ਜੀ ਨੇ ਦੇਵਰਾਜ ਨੂੰ ਦਿਲਾਸਾ ਦੇਂਦਿਆ ਹੋਇਆ ਗਿਆ ਤੂੰ ਖੇਡਣ ਵੇਲੇ ਬਾਹਰਲੇ ਦਰਵਾਜ਼ੇ ਨਾਲ ਆ ਕੇ ਉਸ ਨੂੰ ਖਟਕਾਇਆ ਕਰ ਅੱਗੇ ਅਸੀਂ ਸੰਭਾਲ ਲਵਾਂਗੇ ਅਗਲੇ ਦਿਨ ਹਰਦੇਵ ਬਖਸ਼ੀ ਦਾ ਦਰਵਾਜ਼ਾ ਖੜਕਾਇਆ ਸੱਚੇ ਬਾਸ਼ਾ ਦਰਵਾਜ਼ੇੇੇਠੋ ਮਿੱਟੀ ਪੁਟਵਾ ਸੁਟੀ ਤੇ ਆਖਿਆ ਹਰਦੇਵ ਤੂੰ ਸੀਰ ਹੀਠੋਂ ਦੀ ਲੰਗਾ ਬੀਬ ਨੇ ਉਵੇਂ ਹੀ ਕੀਤਾ ਇਹਨਾਂ ਬਾਹਾਂ ਤੋਂ ਫੜ ਕੇ ਖਿੱਚ ਕੇ ਅੰਦਰ ਲੈ ਆਂਦਾ ਤੇ ਖੂਬ ਖੇਡ ਬਜਾਈ ਕੁਝ ਦਿਨ ਲੰਗੇ ਤਾਂ ਇਹ ਚਾਲ ਇਹ ਚਾਲ ਨੰਗੀ ਹੋ ਗਈ ਮੁਰ ਦੇਵ ਰਾਜ ਦੇ ਆਉਣ ਤੇ ਰੋਕ ਲੱਗ ਗਈ ਪਰ ਪਿਆਰ ਸਾਰੇ ਰਸਤੇ ਬਣਾ ਲੈਂਦਾ ਹੈ ਸਾਰਗੁਰ ਜੀ ਨੇ ਦੇਵ ਰਾਜ ਨੂੰ ਕਿਹਾ ਦੇਵਿਆ ਤੂੰ ਕੁਸ਼ਹਿਰਾ ਸਵਾਲ ਹੈ ਫਿਰ ਕੋਈ ਨਹੀਂ ਰੋਕਦਾ ਦੇਵਰਾਜ ਘਰ ਗਿਆ ਤੇ ਕਸ਼ੇਰਾ ਸਵਾਲਿਆ ਇਸ ਬ੍ਰਾਹਮਣਾ ਦੇ ਮੁੰਡੇ ਨੇ ਕਸ਼ੇਰਾ ਪਾ ਲਿਆ ਤੇ ਮੰਦਰ ਦੇ ਪਿਛਲੇ ਪਾਸਿਓ ਪੌੜੀ ਲਾ ਉੱਪਰ ਚੜ ਗਿਆ ਅੱਗੇ ਕਥਾ ਹੋ ਰਹੀ ਸੀ ਗੁਰੂ ਹਰਿ ਸਿੰਘ ਜੀ ਨੇਤਰਮੁੰਦ ਕਥਾ ਸੁਣ ਰਹੇ ਸਨ ਦੇਵਰਾਜ ਨੇ ਜਹਾ ਮੱਥਾ ਟੇਕਿਆ ਗੁਰੂ ਜੀ ਨੇ ਨੇਤਰ ਉਤਾਉ ਕੀਤੇ ਬੱਚੇ ਦੇ ਲਾਹ ਕਸ਼ੇਰਾ ਵੇਖ ਕੇ ਬੜੇ ਪ੍ਰਸਾਨ ਹੋਏ ਤੇ ਬਚਨ ਕੀਤਾ ਵਾਹ ਭਾਈ ਅੱਜ ਤਾਂ ਇਹ ਬੱਚਾ ਬਹੁਤ ਹੀ ਸੋਨਾ ਬਣ ਗਿਆ ਹੈ ਸੰਤੋਖ ਸਿੰਘ ਇਸ ਦੇ ਕਾਨ ਵਿੱਚ ਸੰਤੋਖ ਸਿੰਘ ਇਸ ਦੇ ਕਾਨ ਵਿੱਚ ਭਜਨ ਦਾਸ ਇਹ ਪ੍ਰਤਾਪ ਸਿੰਘ ਨਾਲ ਖੇਡਿਆ ਕਰੇਗਾ ਸੰਤਾਨੀ ਹੁਕਮ ਅਨੁਸਾਰ ਭਜਨ ਦਾਸ ਦਿੱਤਾ ਤੇ ਹਰਦੀਪ ਛਾਲਾ ਮਾਰਦਾ ਹੀ ਠਾ ਉਤਰ ਗਿਆ ਸਤਗੁਰੂ ਜੀ ਵੀ ਉਡੀਕ ਕਰ ਰਹੇ ਸਨ ਇਸ ਨੇ ਜਾ ਕੇ ਚਰਨੀ ਆਟ ਲਾਇਆ ਆੜੀਆਂ ਨੇ ਜੈਕਾਰੇ ਲਾ ਦਿੱਤੇ ਸਭ ਸੰਗੀ ਸਾਥੀ ਤਬੇਲੇ ਵਿੱਚ ਖੇਡਣ ਵਾਸਤੇ ਚਲੇ ਗਏ ਇੱਕ ਦਿਨ ਸਾਧਗੁਰਾਂ ਦੇਵਰਾਜ ਨੂੰ ਕਿਹਾ ਤੂੰ ਮੇਰੇ ਨਾਲ ਕੁਸ਼ਤੀ ਲੜ ਪਰ ਦੇਵ ਨੇ ਅਰਜ਼ ਕੀਤੀ ਕਿ ਤੁਸੀਂ ਤਾਂ ਮੈਨੂੰ ਕਰਾਮਾਤ ਨਾਲ ਢਾਦੋਗੇ ਸੱਚੇ ਪਾਤਸ਼ਾਹ ਜੀ ਕਿਹਾ ਮੈਂ ਕਰਾਮਾਤ ਨਾਲ ਕੁਸ਼ਤੀ ਨਹੀਂ ਲੜਾਂਗਾ ਤੂੰ ਚਿੰਤਾ ਨਾ ਕਰ ਦੋਵੇਂ ਜਣੇ ਤਿਆਰ ਬਰ ਤਿਆਰ ਹੋ ਕੇ ਕੁਸ਼ਤੀ ਲੜਨ ਲੱਗ ਪਏ ਦੇਵਰਾਜ ਉੱਪਰ ਆ ਗਿਆ ਤੇ ਸਾਧਗੁਰ ਜੀ ਢੇਠਾ ਸਨ ਇਤਨੇ ਨੂੰ ਥੰਮਣ ਸਿੰਘ ਸਿਰ ਤੇ ਬਾਲਕ ਚੁੱਕ ਮੋਢੇ ਤੇ ਕੁਹਾੜੀ ਰੱਖੀ ਆ ਨਿਕਲਿਆ ਉਸ ਨੇ ਦੇਵ ਨੂੰ ਉੱਪਰ ਵੇਖ ਕੇ ਦਬਕਾ ਮਾਰਿਆ ਮਗਰ 사ਤਗੁਰ ਜੀ ਨੇ ਤੇਜ਼ੀ ਨਾਲ ਬਚਨ ਕੀਤਾ ਤੂੰ ਕੌਣ ਹੈ ਸਾਡੀ ਕੁਸ਼ਤੀ ਵਿੱਚ ਦਖਲ ਦੇਣ ਵਾਲਾ ਥੰਮਣ ਸਿੰਘ ਕੰਨ ਵਲੇਟ ਅੱਗੇ ਨਿਕਲ ਗਿਆ ਇਹ ਬਾਲ ਟੋਲੀ ਇਕੱਠਿਆਂ ਹੀ ਬਿਰਾਜਿਆ ਕਰਦੀ ਸੀ 사ਤਗੁਰ ਜੀ ਦਾ ਮੰਝਾ ਵਿੱਚ ਜਾਣਾ ਇੱਕ ਦਿਨ 사ਤਗੁਰਾਂ ਦੇ ਮਨ ਵਿੱਚ ਆਇਆ ਤੇ ਮੁਖਾਰ ਮਿੰਦ ਚੋਂ ਬਿਆਨ ਕੀਤਾ ਮੈਂ ਅੱਜ ਬਾਜੀ ਪਾਵਾਂਗਾ ਛੱਟ ਸ਼ਰੀਰ ਨੇ ਮੰਝੇ ਉੱਤੇ ਬਾਜੀ ਪਾਈ ਬਾਜੀ ਵਜੜਿਆਹੀਂ ਕੜਕ-ਕੜਕ ਦੀ ਆਵਾਜ਼ ਆਈ ਤੇ ਚਾਰੇ ਪਾਵੇਂ ਟੁੱਟ ਗਏ ਆਪ ਜੀ ਟੁੱਟੇ ਮੰਝੇ ਤੇ ਚੌਂਕੜਾ ਮਾਰ ਕੇ ਬੈਠ ਗਏ ਸਾਥੀ ਹੱਕੇ-ਬੱਕੇ ਸਨ ਕਿ ਜੇ ਮਾਤਾ ਜੀ ਨੂੰ ਪਤਾ ਲੱਗਾ ਤਾਂ ਪਿਟਾਈ ਬੜੀ ਹੋਵੇਗੀ ਸਭ ਚੁੱਪਚਾਪ ਪੁੰਝੇ ਹੀ ਬਿਰਾਜ ਗਏ ਮੰਝੇ ਨੂੰ ਜੋੜ-ਜਾੜ ਕੇ ਖੜਾ ਕਰ ਦਿੱਤਾ ਦੇਵਨੇਟ ਉਸ ਰਾਤ ਕਾਲੀ ਬੋਲੀ ਹਨੇਰੀ ਆਈ ਸਾਧਗੁਰਜੀ ਸਾਥੀਆਂ ਨੂੰ ਆਖਿਆ ਮੌਕਾ ਚੰਗਾ ਹੈ ਮੰਜਾ ਚੁੱਕ ਕੇ ਬਾਹਰ ਸੁੱਟੋ ਤੇ ਮਾਤਾ ਜੀ ਨੂੰ ਅਰਜ ਕਰਾਂਗੇ ਹਨੇਰੀ ਨੇ ਮੰਜਾ ਤੋੜਿਆ ਹੈ ਸਾਥੀਆਂ ਨੇ ਉਵੇਂ ਹੀ ਕੀਤਾ ਜਦ ਸਵੇਰ ਹੋਈ ਤਾਂ ਮਾਤਾ ਜੀ ਨੂੰ ਘੜੀ ਕਢਾਈ ਕਹਾਣੀ ਸਾਰਿਆ ਸੁਣਾ ਦਿੱਤੀ ਮਾਤਾ ਜੀ ਸ਼ੁਕਰ ਸ਼ੁਕਰ ਕਰਦੇ ਚਲੇ ਗਏ ਮਾਤਾ ਜੀ ਦਾ ਇੱਕ ਸੇਵਾਦਾਰ ਦਰਸ਼ਨ ਸਿੰਘ ਲੋਗੜ ਦਾ ਸੀ ਇਹ ਇੱਕ ਪ੍ਰਕਾਰ ਦਾ ਇਸ ਬਾਲ ਟੋਲੀ ਵਾਸਤੇ ਇੱਕ ਸੂਈ ਆਈ ਸੀ ਜਿਹੜਾ ਮਾਤਾ ਜੀ ਵੱਲੋਂ ਖੁਫੀਆ ਤੌਰ ਤੇ ਨਿਗਰਾਨੀ ਰੱਖਦਾ ਸੀ ਇੱਕ ਦਿਨ ਇਹ ਜਥਾ ਵਿਰਾਜਨ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਦਰਸ਼ਨ ਸਿੰਘ ਆ ਨਿਕਲਿਆ ਸਾਧਗੁਰ ਜੀ ਮਾਗਾ ਸਿੰਘ ਦੇ ਕੰਨ ਵਿੱਚ ਕੁਝ ਕਿਹਾ ਉਹ ਝਟਪਟ ਕੋਠੇ ਤੋਂ ਹੇਠਾ ਉਤਰ ਕੇ ਇੱਕ ਮਾਈ ਦਾ ਘਗਰਾ ਲੈ ਗਿਆ ਤੇ ਜਾਂਦਿਆਂ ਹੀ ਦਰਸ਼ਨ ਸਿੰਘ ਦੇ ਗਲ ਪਾ ਦਿੱਤਾ ਤੇ ਰੱਸੀ ਨਾਲ ਕਾਸ ਦਿੱਤਾ ਤੇ ਸਾਰਿਆਂ ਹੱਸਦਿਆਂ ਹੱਸਦਿਆਂ ਗਿਆ ਦਰਸ਼ਨ ਸਿੰਘ ਨੱਚ ਕੇ ਵਿਖਾਂ ਜਰਾ ਉਹ ਨੱਚਣ ਉਹ ਨੱਚਣ ਹੀ ਲੱਗਾ ਸੀ ਕਿ ਮਾਤਾ ਜੀ ਆ ਗਏ ਮਿਹਾਲ ਸਿੰਘ ਜੀ ਕਿਹਾ ਮਾਤਾ ਜੀ ਤੁਹਾਡਾ ਦਰਸ਼ਨ ਸਿੰਘ ਬੜਾ ਸ਼ਰਾਰਤੀ ਹੈ ਤੁਸੀਂ ਵੇਖੋ ਇੱਕ ਅਗਰਾ ਪਾ ਕੇ ਨੱਚਦਾ ਹੈ ਮਾਤਾ ਜੀ ਨੇ ਦਰਸ਼ਨ ਸਿੰਘ ਜੀ ਦੀ ਝਾੜ ਚਾਂਬ ਕੀਤੀ उस गरीब ने बड़ी सफाई पेश की थी, पर माता जी ने उ ना सुनी खेड़, दा, खेड़ दा, एक दिन लाल सिंह ने कहा साहेब जाद संतरे खुआ सतगुरु जी ने कहा चलो बागवाल चलीए सातगुरु जी का साथियों इस तरह प्यार सी गुरबाणी का फुरमान है ज्यू जननी सुत जन पालती राखे नदर मजार अंतर बाहर मुख दे गिरास खिन खिन पोचार ਉਹ ਸਤਗੁਰ ਗੁਰੂ ਸਿੱਖ ਰਾਖਤਾ ਹਰਪ੍ਰੀਤ ਪਿਆਰ ਗੁਰਸਿੱਖ ਨਾਲ ਸਤਗੁਰ ਦਾ ਪ੍ਰੇਮ ਪਿਆਰ ਅਟਲ ਹੁੰਦਾ ਹੈ ਉਸ ਵਕਤ ਬਾਗ ਦਾ ਸੇਵਾਦਾਰ ਰਤਨ ਸਿੰਘ ਖੰਨਾ ਸਿੰਘ ਬੜੇ ਯੜਬ ਸੁਭਾਅ ਦਾ ਮਾਲਕ ਸੀ ਉਸਨੇ ਖੇਤ ਦੀ ਵਾੜ ਛਾਪੇ ਦੇ ਕੇ ਬਣਾਈ ਹੋਈ ਸੀ ਜਿਸ ਤਰ੍ਹਾਂ ਬੀਜੜੇ ਦਾ ਘਾਰ ਹੁੰਦਾ ਹੈ ਸਤਗੁਰ ਜੀ ਕਿਹਾ ਇੱਕ ਡਾਂਗ ਲਿਆਓ ਡਾਂਗ ਲਿਆਂਦੀ ਗਈ ਉਸ ਨੂੰ ਬਾੜ ਵਿੱਚ ਘੁਮਾ ਘੁਮਾ ਕੇ ਮਗੋਰਾ ਕਰ ਦਿੱਤਾ ਤੇ ਦੇਵਰਾਜ ਨੂੰ ਕਿਹਾ ਤੂੰ ਸੰਤਰੇ ਤੋੜ-ਤੋੜ ਕੇ ਬਾਹਰ ਸੁੱਟੀ ਜਾ ਅਸੀਂ ਚੁੱਕੀ ਜਾਵਾਂਗੇ ਦੇਵਰਾਜ ਬਾੜ ਦੇ ਮਗੋਰੇ ਵਿੱਚੋਂ ਇੰਝ ਲੱਗ ਗਿਆ ਜਿਵੇਂ ਨਿਯੋਲਾ ਬਾੜ ਵਿੱਚੋਂ ਨਿਕਲ ਜਾਂਦਾ ਹੈ ਦੇਵ ਨੇ ਜਾਂਦਿਆਂ ਹੀ ਸੰਤਰੇ ਤੋੜਨੇ ਸ਼ੁਰੂ ਕਰ ਦਿੱਤੇ ਤੇ ਨਾਲ ਦੇ ਸਾਥੀਆਂ ਨੇ ਸੰਤਰੇ ਸਾਮਣੇ ਸ਼ੁਰੂ ਕਰ ਦਿੱਤੇ ਘੜੀਆਂ ਪਲਾ ਵਿੱਚ ਸੰਤਰਿਆਂ ਦਾ ਖਾਸਾ ਢੇਰ ਲੱਗ ਗਿਆ ਸਾਧਗੁਰ ਜੀ ਕਿਹਾ бас ਹੁਕਮ ਪਾ ਕੇ ਦੇਵਰਾਜ ਬਾਹਰ ਆ ਗਿਆ ਤੇ ਸਾਧਗੁਰ ਜੀ ਨੇ ਉਸੇ ਸੋਟੀ ਨਾਲ ਬਾੜ ਦਾ ਮਘੋਰਾ ਬੰਦ ਦਿੱਤਾ ਸਭ ਨੇ ਰਾਜ ਰਾਜ ਕੇ ਸੰਤਰੇ ਚਕੇ ਸਾਰੀਆਂ ਚਿੱਲਾਂ ਇਕੱਠੀਆਂ ਕਰਕੇ ਟੋਆ ਪੁੱਟ ਕੇ ਉੱਪਰ ਮਿੱਟੀ ਪਾ ਕੇ ਧਬ ਦਿੱਤੀਆਂ ਸਾਰੇ ਡਕਾਰ ਮਾਰਦੇ ਹੋਏ ਡੇਰੇ ਚਲੇ ਗਏ ਬਿਸਤਰਿਆਂ ਤੇ ਜਾ ਲੇਟੇ ਇਸੇ ਤਰ੍ਹਾਂ ਅੰਗੂਰ ਵੀ ਖਾਦੇ ਚੌਂਕੀ ਦੇ ਸਿਪਾਹੀ ਆਇਆਂ ਸਗਤਾਂ ਨੂੰ ਤੰਗ ਕਰਦੇ ਸਨ ਤੇ ਪ੍ਰਸ਼ਾਦੇ ਲੰਗਰੋ ਚੱਕਦੇ ਸਨ ਇੱਕ ਦਿਨ ਇੱਕ ਪੁਲਿਸ ਵਾਲੇ ਨੇ ਇੱਕ ਮੁੰਡੇ ਨੂੰ ਕਹਿ ਪ੍ਰਸ਼ਾਦੇ ਮੰਗਵਾਏ ਉਹ ਪ੍ਰਸ਼ਾਦੇ ਲੈ ਆਇਆ ਤੇ ਸਿਪਾਈ ਨੇ ਪੁੱਛਿਆ ਲੋੱਡੇ ਵੀਲੇ ਤਰਕਾਰੀ ਕਾਦੀ ਬਣੀ ਸੀ ਤਰਕਾਰੀ ਕਾਦੀ ਬਣੀ ਸੀ ਤਰਕਾਰੀ ਦਾ ਸ਼ਬਦ ਸੁਣ ਕੇ ਸਾਧਗੁਰੂ ਜੀ ਨੂੰ ਬਣੀ ਕਿ ਰਣਾ ਆਈ ਤੇ ਉਹਨਾਂ ਦੇ ਚਿਹਰੇ ਦਾ ਰੰਗ ਲਾਲ ਹੋ ਗਿਆ ਉਹਨਾਂ ਦੇਵ ਰਾਜ ਨੂੰ ਕੁਝ ਸਮਝਾ ਕੇ ਢੋਰਿਆ ਦੀਵ ਰਾਜ ਲੰਗਰ ਵਿੱਚੋਂ ਆ ਕੇ ਗੈਨ ਲਗਾ ਜਮਾਦਾਰਾ ਅੱਜ ਲੰਗਰ ਵਿੱਚ ਭੋਏ ਸੂਰ ਬਣੇ ਨੇ ਭੋਏ ਸੂਰ ਦਾ ਨਾਂ ਸੁਣ ਕੇ ਸਿਪਾਹੀ ਲੋਹਾ ਲਾਕਾ ਹੋ ਗਿਆ ਤੇ ਲਾਹੌਲ ਵਿਲਾ ਲਾਹੌਲ ਵਿਲਾ ਕਹਿੰਦਾ ਕੰਨਾ ਤੇ ਹੱਥ ਧਰਦਾ ਚੌਕੀ ਵਿੱਚ ਚਲਾ ਗਿਆ ਤੇ ਦੂਜੀ ਸਿਪਾਹੀਆਂ ਨੂੰ ਕਿਹਾ ਅਸੀਂ ਕਾਫਰਾਂ ਦੇ ਘਰੋਂ ਐਵੇਂ ਖਾਂਦੇ ਰਹੇ ਇੱਥੇ ਸੂਰ ਪਕਦਾ ਹੈ ਬਾਲਟੋਲੀ ਮੂਵ ਵਿੱਚ ਗੁਟਕਦੀ ਅੱਗੇ ਚਲੀ ਗਈ ਤੇ ਸਿਪਾਈ ਗੁੱਸੇ ਵਿੱਚ ਲੋਹੇ ਲਾਖੇ ਹੋ ਗਏ ਥੋੜੇ ਸਮੇਂ ਉਪਰਨ ਸਾਗੁਰਜੀ ਚੋਬਾਰੇ ਤੋਂ ਉਤਰੇ ਤੇ ਕਿਆ ਬਹਾਦਰ ਸ਼ਾ ਕਭਰਾਉ ਨਾ ਸਾਡੀ ਬੋਲੀ ਵਿੱਚ ਸ਼ਲਗਮਾ ਨੂੰ ਪੋਏ ਸੂਰ ਕਹਿੰਦੇ ਨੇ ਐ ਸੁਣ ਕੇ ਉਹਨਾਂ ਨੇ ਉਹਨਾਂ ਦੇ ਸਾਹ ਨਾਲ ਸਾਰ ਲਿਆ ਤੇ ਅੱਗੇ ਤੋਂ ਉਹਨਾਂ ਕਦੇ ਤਰਕਾਰੀ ਸ਼ਬਦ ਨਹੀਂ ਵਰਤਿਆ ਇਕ ਸਮੇਂ ਕਿਸੇ ਸ਼ਰਧਾਲੂ ਨੇ ਸੰਗਿਆਨ ਸਿੰਘ ਅੱਗੇ ਉਬਲੇ ਛੋਲੇ ਲੈ ਆ ਕੇ ਰੱਖੇ ਸੰਤਾ ਉਹ ਛੋਲੇ ਮੁੰਡਿਆ ਦੇ ਵਿੱਚ ਵੰਡ ਦਿੱਤੇ ਬੀਵਰਾਜ ਬਾਹਰੋਂ ਜੰਗਲੋਂ ਕੇ ਆਇਆ ਸੀ ਪ੍ਰਸ਼ਾਦਾ ਵਰਤਦਾ ਵੇਖ ਉਸ ਵੀ ਝਟਪਟ ਹੱਥ ਅੱਗੇ ਕਰ ਦਿੱਤੇ ਸਤਿਗੁਰਾਂ ਤੇਜ਼ੀ ਨਾਲ ਬਚਨ ਕੀਤਾ ਸੰਤ ਜੀ ਸੰਤ ਜੀ ਦੇਵਰਾਜ ਕਿੱਡਾ ਦਲੀਦਰੀ ਹੈ ਪੰਜ ਇਸ਼ਨਾਨ ਕਿਤੇ ਬਿਨਾਂ ਹੀ ਬਕਲੀਆਂ ਖਾਲੀਆਂ ਹਨ ਬਕਲੀਆਂ ਤਾਂ ਮੁੱਕ ਗਈਆਂ ਪਰ ਦੇਵਰਾਜ ਦੇ ਦੁਆਲੇ ਦਲੀਦਰਾ ਹੋਇਆ ਸਿਰ ਵਿੱਚ ਜੂਆਂ ਜਾਂ ਚੰਮ ਜੂਆਂ ਹੀ ਹੱਥ ਆਉਣ ਹਰਦੀਪ ਜੀ ਮਾਤਾ ਨੇ ਜੂ ਬੁੱਟੀ ਤੇਲ ਵਿੱਚ ਪਾ ਕੇ ਮਾਲਿਸ਼ ਕੀਤੀ ਪਰ ਜੂਆਂ ਵੱਧ ਨਹੀਂ ਗਏਆਂ 6 ਮਹੀਨੇ ਲੰਘ ਗਏ ਇੱਕ ਦਿਨ ਸਾਧਗੁਰੂ ਜੀ ਸਾਥੀਆਂ ਨਾਲ ਰਾਮ ਸਰੋਵਰ ਦੀ ਕਾਰ ਸੇਵਾ ਕਰ ਰਹੇ ਸਨ ਦੇਵਰਾਜ ਕੰਡੇ ਤੇ ਖੜਾ ਖੁਰਕੀ ਜਾ ਰਿਹਾ ਸੀ ਸਤਗੁਰ ਜੀ ਮਗਾ ਸਿੰਘ ਨੂੰ ਕਿਹਾ ਦੇਵ ਨੂੰ ਚੱਕ ਕੇ ਲਿਆਓ ਮਗਾ ਸਿੰਘ ਤੇ ਲਾਲਾ ਸਿੰਘ ਬਾਹਰ ਗਏ ਤੇ ਦੇਵ ਨੂੰ ਲੱਤਾਂ ਬਾਹਾਂ ਤੋਂ ਫੜ ਕੇ ਸਰੋਵਰ ਵਿੱਚ ਲੈ ਗਏ ਵਿਚਾਰਾ ਗਰੀਬ ਬਥੇਰੀਆਂ ਲੱਤਾਂ ਬਾਹਾਂ ਮਾਰੇ ਪਰ ਪੇਸ਼ ਨਾ ਜਾਏ ਸਤਗੁਰ ਜੀ ਆਪ ਬਾਹੋਂ ਫੜ ਹੱਸਦਿਆਂ ਹੱਸਦਿਆਂ ਚਾਰ ਚੁੱਬੇ ਲਗਵਾਏ ਸਰੋਵਰ ਵਿੱਚ ਚੁੱਬੇ ਲਾਉਣ ਨਾਲ ਦੇਵ ਰਾਜ ਦੀ ਦੇ ਕੰਚਨ ਵਰਗੀ ਹੋ ਗਈ ਗੁਰੂ ਸਾਹਿਬ ਗੁਰਬਾਣੀ ਵਿੱਚ ਉਚਾਰਣ ਕਰਦੇ ਹਨ ਰੋਗਨ ਤੇਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ ਸਤਿਗੁਰੂ ਆਪਣੀ ਸਿੱਖ ਨੂੰ ਰੋਗ ਸੋਗ ਰਹਿਤ ਜੀਵਨ ਪ੍ਰਦਾਨ ਕਰਦਾ ਹੈ ਦੇਵਰਾਜ ਦਾ ਜਨਮ ਜਨਮਾਂਤਰਾਂ ਦਾ ਦਲੀਦਰ ਦੂਰ ਹੋ ਗਿਆ ਜੂਆਂ ਤੇ ਚਮ ਜੂਆਂ ਨਸ ਗਈਆਂ ਸਰੀਰ ਨਵਾਂ ਨਿਰਵਾ ਹੋ ਗਿਆ देवराज ज्ञान हो गया कि इस प्रतापी के हाथ रोग सोग सुख दुख सब कुछ है सारे ही आख लीए तान, -तान श्री सतगुरु प्रताप सिंह जी